ਰੋਪੜ ਜ਼ਿਲ੍ਹੇ ਵਿੱਚ ਪੈਂਦੇ ਇੱਕ ਪਿੰਡ ਵਿੱਚ ਵਿਅਕਤੀ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਔਰਤ 5 ਲੜਕੀਆਂ ਦੀ ਮਾਂ ਸੀ, ਜਿਸ ਵਿੱਚ ਇੱਕ ਮਾਸੂਮ ਬੱਚੀ 2 ਮਹੀਨਿਆਂ ਦੀ ਸੀ। ਕਾਤਲ ਨੇ ਖੁਦ ਵੀ ਆਤਮ ਹੱਤਿਆ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਜ਼ਿਲ੍ਹਾ ਰੂਪਨਗਰ ਵਿੱਚ ਪੈਂਦੇ ਪਿੰਡ ਝਿਜੜੀ ਦੇ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ 5ਵੀਂ ਧੀ ਜਨਮ ਲੈਣ 'ਤੇ ਉਸ ਦੀ ਹੱਤਿਆ ਕਰ ਦਿੱਤੀ। ਦੋਸ਼ੀ ਨੇ ਆਤਮ ਹੱਤਿਆ ਕਰਨ ਦੇ ਇਰਾਦੇ ਨਾਲ ਆਪਣੇ ਗਲ 'ਤੇ ਵੀ ਦਾਤ ਨਾਲ ਵਾਰ ਕੀਤਾ। ਮ੍ਰਿਤਕ ਔਰਤ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮ੍ਰਿਤਕ ਅਨੀਤਾ ਰਾਣੀ ਦਾ 15 ਸਾਲ ਪਹਿਲਾਂ ਰਕੇਸ਼ ਕੁਮਾਰ ਨਾਲ ਵਿਆਹ ਹੋਇਆ ਸੀ। ਉਹਨਾਂ ਦੇ ਘਰ 5 ਧੀ ਨੇ ਜਨਮ ਲਿਆ ਅਤੇ 5ਵੀਂ ਬੇਟੀ ਦੀ ਉਮਰ ਕੁਝ ਕੁ ਮਹੀਨੇ ਦੀ ਹੀ ਹੈ। ਮ੍ਰਿਤਕ ਔਰਤ ਦੀ ਮਾਤਾ ਨੇ ਦੱਸਿਆ ਕਿ ਉਸਦੀ ਧੀ ਨੂੰ ਕਤਲ ਕਰਨ ਮਗਰੋਂ ਦੋਸ਼ੀ ਰਕੇਸ਼ ਕੁਮਾਰ ਨੇ ਚੋਰ ਆ ਗਏ ਦਾ ਸ਼ੋਰ ਮਚਾਇਆ ਤਾਂ ਕਿ ਕਤਲ ਨੂੰ ਚੋਰਾਂ ਨਾਲ ਜੋੜਿਆ ਜਾਵੇ। ਇਸ ਬਾਅਦ ਉਹ ਘਰੋਂ ਭੱਜ ਗਿਆ। ਦੀਦੀ ਨਹੀਂ ਬੋਲਦੀ। ਮੈਂ ਪੁੱਛਿਆ ਕਿਆ ਗੱਲ, ਕਹਿੰਦੀ ਵੀ ਪਤਾ ਨਹੀਂ ਬੀਬੀ, ਉਹ ਰੋਣ ਪੁੱਛਣ ਲੱਗੇ। ਮੈਂ ਕਿਹਾ ਰੋ ਨਾ, ਤੂੰ ਮੈਨੂੰ ਗੱਲ ਦੱਸ ਆਈ ਕਿਆ ਗੱਲ ਬਣੀ ਆ। ਉਹਨਾਂ ਚੱਲ ਦੱਸਿਆ ਵੀ ਪਤਾ ਨਹੀਂ ਬੀਬੀ, ਨਕਵਾਂ ਖੂਨ ਆ ਰਿਹਾ, ਜੀਭ ਬਾਹਰ ਨਿਕਲੀ ਵੀ ਆ, ਠੰਡੀ ਪਈ ਆ। ਚਲੋ ਦੇਖਿਆ ਉਹਨਾਂ ਚਾਰ ਸਵੇਰਾ ਮੇਰੇ ਉਹਨਾਂ ਸ਼ੋਰ ਮਚਾਇਆ ਵਾ, ਕਹਿੰਦੇ ਪਰਾਉਣੇ ਨਾ ਵੀ ਚੋਰ ਆ ਗਏ, ਚੋਰ ਆ ਗਏ। ਅੱਛਾ ਜੀ, ਤੁਹਾਨੂੰ ਲੱਗਦਾ ਵੀ ਇਹ ਚੋਰੀ ਦਾ ਕੇਸ ਹੈਗਾ? ਨਹੀਂ ਹੈ, ਨਹੀਂ ਹੈਗਾ ਜੀ, ਚੋਰੀ ਦਾ ਕੇਸ ਨਹੀਂ। ਉੱਥਾਂ ਚੱਲ ਮੇਰੇ ਬੱਚੇ, ਉਹ ਕੁੜੀ ਟੋਣ ਲੱਗੀ ਪਰਾਉਣੇ ਨੂੰ ਵੀ ਕਿੱਥਾ ਗਿਆ ਜੀਜਾ, ਜੀਜਾ ਜੀ ਉਹ ਮਿਲਿਆ ਨਹੀਂ, ਪਤਾ ਨਹੀਂ ਕਿੱਥਾ ਲੁੱਕ ਗਿਆ ਦੇਖ ਕੇ। ਠੀਕ ਹੈ ਜੀ, ਲੁੱਕ ਗਿਆ। ਕਹਿੰਦੀ ਬੀਬੀ ਚੱਲ ਨਾ, ਅਸੀਂ ਕਹਿੰਦੀ 100 ਨੰਬਰ ਨੂੰ ਫੋਨ ਕਰਿਆ, ਫੋਨ ਆਇਆ ਚੱਕਿਆ ਨਹੀਂ ਆ। ਫਿਰ ਕਰਿਆ, ਫਿਰ ਕਿਸੇ ਗੁਆਂਢੀ ਭਾਈ ਨੂੰ ਕਰਿਆ ਹੋਣਾ, ਉਹ ਕਹਿੰਦਾ ਮੈਂ ਗੱਡੀ ਲੈ ਕੇ ਆ ਗਿਆ। ਉਹ ਟਾਈਮ ਲੱਗਿਆ ਉਹਨੂੰ, ਇੰਨੇ ਮੈਂ ਫਿਰ ਦੁਬਾਰਾ ਅਸੀਂ ਕਿਹਾ ਵੀ 100 ਨੰਬਰ ਫੋਨ ਕਰਦੇ, ਅਸੀਂ ਆਪ ਕਿਹਾ ਖੁਦ। 100 ਨੰਬਰ ਪੁਲਿਸ ਦਾ ਹੈ ਜਾਂ ਫਿਰ ਐਂਬੂਲੈਂਸ ਨੂੰ ਫੋਨ ਕੀਤਾ? ਐਂਬੂਲੈਂਸ ਨੂੰ ਵੀ ਕਿਹਾ। ਅੱਛਾ, ਪੁਲਿਸ ਨੂੰ ਵੀ ਕਿਹਾ, ਦੋਵਾਂ ਨੂੰ ਕਿਹਾ ਮੈਂ ਆਪ ਕਿਹਾ। ਠੀਕ ਹੈ। ਵੈਸੇ ਉਹ ਕਹਿੰਦੀ ਵੀ ਬੀਬੀ ਕੋਈ ਅਜੇ ਚੱਕ ਨਹੀਂ ਰਿਹਾ, ਇੰਨੇ ਐਂਬੂਲੈਂਸ ਨੂੰ ਕਹਿੰਦੀ ਮਿਲ ਗਿਆ ਬੀਬੀ, ਐਂਬੂਲੈਂਸ ਆ ਗਈ। ਇਹ ਲੱਦਣ ਲੱਗੇ ਚੱਲ ਜਾ ਕੇ ਦੇਖ, ਐਂਬੂਲੈਂਸ ਆਇਆ ਨਾ, ਉਹ ਡੈਡ ਹੋਈ ਵੀ ਪੂਰੀ, ਕੋਈ ਕੁਛ ਨਹੀਂ ਦੱਸਣਾ ਸਾਹਮਣੇ। ਅੱਛਾ, ਆਪਣੇ ਪਤੀ ਵੱਲੋਂ ਕਤਲ ਕੀਤੀ ਔਰਤ ਅਨੀਤਾ ਰਾਣੀ ਦੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਰਕੇਸ਼ ਕੁਮਾਰ ਨੇ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਿਆ, ਪਰ ਲੋਕਾਂ ਵਿੱਚ ਘਿਰ ਜਾਣ ਕਾਰਨ ਉਸਨੇ ਸਾਰੀ ਪੰਚਾਇਤ ਦੇ ਸਾਹਮਣੇ ਆਪਣੇ ਗਲੇ 'ਤੇ ਦਾਤ ਨਾਲ ਵਾਰ ਕਰ ਲਿਆ। ਉਹਨਾਂ ਆਪਣੀ ਭੈਣ ਦੇ ਕਾਤਲ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਨੂਰਪੁਰ ਬੇਦੀ ਦੇ SHO ਨੇ ਦੱਸਿਆ ਕਿ ਦੋਸ਼ੀ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਉਸ ਦੀ ਹਾਲਤ ਗੰਭੀਰ ਹੋਣ 'ਤੇ ਕਿਸੇ ਵੱਡੇ ਹਸਪਤਾਲ ਵਿੱਚ ਭੇਜਿਆ ਜਾ ਰਿਹਾ ਹੈ ਅਤੇ ਇਲਾਜ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਜਾਵੇਗਾ। ਸਿਸਟਰਾਂ 2 ਵਿਆਹੀਆਂ ਇਕੱਠੀਆਂ ਜੀ, ਆਨੰਦਪੁਰ ਜੀ। ਰਾਤੀ ਮੇਰੇ ਪਾ 3 ਵਜੇ ਫੋਨ ਆਇਆ ਵੀ ਬੜੀ ਸਿਸਟਰ ਨਾ ਹੱਥ, ਮਤਲਬ ਉਹਨੂੰ ਬੇਹੋਸ਼ ਹੋ ਗਈ, ਮਤਲਬ ਜਿੱਜੇ ਨੇ ਉਹ ਕਰਿਆ। ਮੈਂ ਕਿਹਾ ਤੁਸੀਂ ਉਹਨੂੰ ਫੋਨ ਕਰ ਦਿਓ, 108 ਨੰਬਰ ਵਾ। ਕਹਿੰਦੇ ਠੀਕ ਹੈ। ਜਦੋਂ ਮੈਂ ਉੱਥੇ ਘਰੋਂ ਤੁਰਿਆ, ਮੈਂ 4:30 ਉਰੇ ਪੁੱਜਿਆ, ਜਦੋਂ ਆਪਣੀ ਸਿਸਟਰ ਦੇਖੀ ਵੱਡੀ, ਤਾਂ ਉਹਦਾ ਜਾਣ ਪੁਰਾਣ ਕੁਛ ਵੀ ਨਹੀਂ। ਜਦੋਂ ਪਤਾ ਕਰਿਆ ਬੜੀ ਛੋਟੀ ਸਿਸਟਰ ਤੋਂ ਜੀ, ਆਪਣੀ ਤੋਂ, ਵੀ ਇਹਨੂੰ ਕੀ ਹੋਇਆ, ਤਾਂ ਮੇਰੇ ਜੋੜ ਜਿੱਜਾ ਏ ਰਗੇਸ਼, ਕਹਿੰਦੇ ਵੀ ਉਹਨੇ ਇੱਧਰ ਉੱਧਰ ਪਤਾ ਕੀਤਾ ਜੀ, ਉਹਨੇ ਗਲ ਘੋਟ ਕੇ ਮਾਰ ਦਿੱਤੀ ਸੀ। ਉਹ ਪੂਰਾ ਹੀ ਪਤਾ, ਬੋਡੀ ਪੂਰੀ ਮਤਲਬ ਜੈਸਟ ਹੋ ਚੁੱਕੀ ਸੀ ਜੀ ਉਹਦੀ। ਆਪ ਫਿਰ ਜਦੋਂ ਉਹ ਨਿਕਲਿਆ ਜੰਗਲ ਵਿੱਚ ਤੋਂ ਜੀ, ਉਹਨੇ ਖੁਦ ਨੂੰ ਆਪਣੇ ਆਪ ਨੂੰ ਵੀ ਸਭ ਦੇ ਸਾਹਮਣੇ, ਪੰਚਾਇਤ ਦੇ ਸਾਹਮਣੇ ਜੀ, ਆਪਣੇ ਆਪ ਨੂੰ ਦਾਤ ਗਲ ਮਾਰ ਲਿਆ ਜੀ। ਹਾਲੇ ਤੱਕ ਇਹ ਕਿਹੜੀ ਸਾਨੂੰ ਇਤਲਾਹ ਮਿਲੀ ਹੈ, ਇਹ ਕਿਹੜੀ ਲਾਸ ਉਹ ਮੋਸਟੀ ਵਿੱਚ ਰਖਾਈ ਗਈ ਹੈ, ਇਹ ਡਾਕਟਰਾਂ ਨੇ ਪੋਸਟਮਾਰਟਮ ਕਰਨਾ ਹੈ, ਅਤੇ ਅਸੀਂ ਇਹਦੇ ਵਿੱਚ FIR ਲੌਂਚ ਕਰਨ ਲੱਗੇ ਹਾਂ। ਉਹਨਾਂ ਦੇ ਬ੍ਰਦਰ ਦੇ ਕਿਹੜੀ ਲੜਕੀ ਹੈ, ਉਹਦੇ ਬ੍ਰਦਰ ਦੇ ਦੂਏ ਦੇ, ਇਹਨਾਂ ਦੇ ਕਿਹੜੇ ਬੱਚੇ ਹੈ, 5 ਬੱਚੇ ਹੈ, ਕਿਹੜੇ 5 ਬੱਚੇ, ਉਹ ਸਾਰੇ ਛੋਟੇ ਹੈ ਜੀ। ਠੀਕ ਹੈ। ਨਹੀਂ ਸਰ, ਕੀ ਜਿਹੜਾ ਆਰੋਪੀ ਹੈਗਾ ਉਹ ਮੰਨ ਰਿਹਾ ਕਿ ਉਹਨੇ ਇਹੀ? ਨਹੀਂ, ਹਲੇ ਤਾਂ ਉਹ ਆਰੋਪੀ ਬਣਿਆ, ਹਲੇ ਉਹਨੇ ਆਪਣੀ ਸੱਟ ਮਾਰੀ ਵੀ ਹੈ, ਉਹ ਐਡਮਿਟ ਹੈ, ਅਤੇ ਜਦੋਂ ਸੱਟ ਤੋਂ ਬਾਅਦ ਸਾਹਿਬ ਮੈਨੂੰ ਲੱਗਦਾ ਉਹਨੂੰ ਰੈਫਰ ਕਰਨ ਲੱਗੇ ਹੈ, ਅਤੇ ਰੈਫਰ ਕਰਨ ਦੇ ਬਾਅਦ ਉੱਥੇ ਭੇਜ ਰਹੇ ਇਹਨੂੰ 32 ਜਾਂ PGI ਭੇਜੂੰਗੇ, ਉਹਦੇ ਬਾਅਦ ਉਹਦੇ ਇਲਾਜ ਤੋਂ ਬਾਅਦ ਉਹਨੂੰ ਅਰੈਸਟ ਕਰਾਂਗੇ। ਪੁਲਿਸ ਵੱਲੋਂ ਹੁਣ ਕੀ ਕਾਰਵਾਈ ਜਿਹੜੀ ਕੀਤੀ? ਅਸੀਂ FIR ਲੌਂਚ ਕਰਨ ਲੱਗੇ ਹਾਂ ਜੀ, ਉਹਦੇ ਭਰਾ ਦੇ ਬਿਆਨਾਂ ਤੋਂ ਜੀ।
ਅੰਡਰ ਸੈਕਸ਼ਨ 302। ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੀ ਰਿਪੋਰਟ।